ਹੈਲੋ ਸਰਪੰਚ ਸਾਹਿਬ ਬੋਲਦੇ ਹੋ ਤੂੰ ਯਾਰ ਸਾਡੇ ਵਾਰ ਚ ਦੱਸਿਆ ਨਹੀਂ ਵੀ ਜਿਹੜਾ ਜਨਾਨੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਮਿਲਣਾ ਉਹਦੇ ਫਾਰਮ ਭਰਵਾ ਦੇਣ ਮੈਂ ਪੂਰੇ ਪਿੰਡੇ ਨੂੰ ਤਲਾਹ ਦਿੱਤੀ ਇਹ ਵੀ ਜਿਹੜਾ ਜਨਾਨੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਮਿਲਣਾ ਤੇ ਚੁੱਪ ਕਰੀ ਆਈਏ ਭਰਾਈ ਲੋ ਹੁਣ ਨਹੀਂ ਆਏ ਤੁਸੀਂ ਤਾਂ ਹੁਣ ਮੇਰਾ ਕਸੂਰ ਥੋੜਾਗਾ ਇੱਥੇ ਮੈਂ 500 ਰੁਪਏ ਦੇਈਏ ਟੈਂਪੂ ਆੜੇ ਨੂੰ ਸਾਰੇ ਪਿੰਡੇ ਵਿੱਚ ਲੋਸਮੈਂਟ ਕਰਾਈਤੀ ਹੀ ਤੇ ਫਾਰਮ ਭਰਾਨੇ ਬਗੈਰ ਕੋਈ ਜਨਾਨੀ ਨਾ ਰਹੀ ਹੈ ਤਾਂ ਜੇ ਹੁਣ ਤੁਸੀਂ ਫਾਰਮ ਭਰਾਨੇ ਨਹੀਂ ਆਏ ਤੇ ਇਹਦੇ ਵਿੱਚ ਮੇਰਾ ਕਸੂਰ ਥੋੜਾਗਾ ਤੁਸੀਂ ਤਾਂ ਗਲਤੀ ਕਰਦੇ ਹੋ ਸਰਪੰਚੇ ਦੀ ਤੁਹਾਡੀ ਵੀ ਕੋਈ ਜ਼ ਨਹੀਂ ਤੂੰ ਇਹ ਗੱਲ ਕਰ ਰਣਿਆ ਵੀ ਮੈਂ ਅਲਾਸਮੈਂਟ ਕਰਾਈ ਹੇ ਟੈਂਪੂ ਇਹ ਚ ਤੇ ਸਾਡੇ ਇਧਰ ਬਾੜ ਚ ਦਾ ਕੋਈ ਟੈਂਪੂ ਕਾਡਾ ਅਲਾਸਮੈਂਟ ਕਰਨ ਨਹੀਂ ਆਇਆ ਇਹ ਤਾਂ ਸਾਨੂੰ ਪਤਾ ਨੋ ਲੱਗਣਾ ਫਾਰਮ ਪਰੋਆ ਦੇ ਮੈਂ ਤਾਂ ਕੱਲ ਚੱਕੀ ਆ ਸਾਣੇ ਭਿਆਣ ਗੇ ਆ ਉੱਥੇ ਫਿਰ ਮੈਨੂੰ ਕੋਈ ਬੰਦੇ ਨੇ ਪੁੱਛਿਆ ਵੀ ਤੁਸੀਂ ਫਾਰਮ ਪਰ ਆਇਲੇ ਮੈਂ ਕਹਾਂ ਸਾਨੂੰ ਤਾਂ ਪਤਾ ਵੀ ਨਹੀਂ ਲੱਗਿਆ ਮੈਂ ਖੁਦ ਟੈਂਪੂ ਕਾਡ ਨੂੰ ਇਹ ਬੋਲੇਆ ਵੀ ਕੋਈ ਬਾੜ ਰਹੀ ਨਾ ਜਾਂ ਸਾਰੇ ਬਾੜਾਂ ਵਿੱਚ ਲੈ ਅਲਾਸਮੈਂਟ ਕਰ ਦੇਣੀ ਹੁਣ ਇਹਦਾ ਮੈਨੂੰ ਨਹੀਂ ਪਤਾ ਵੀ ਤੁਸੀਂ ਅਲਾਸਮੈਂਟ ਸੁਣੀ ਜਾਂ ਨਹੀਂ ਸੁਣੀ ਜਾਂ ਟੈਂਪੂ ਕਾਡਾ ਤੁਹਾਡੇ ਬਾੜ ਚ ਗਿਆ ਜਾਂ ਨਹੀਂ ਗਿਆ ਇਹਦਾ ਠੇਕਾ ਮੈਂ ਲੈ ਆ ਨਹੀਂ ਤੂੰ ਠੇਕਾ ਹੈ ਨਹੀਂ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਫਾਰਮ ਪ੍ਰੋਵਾ ਦੇ ਜਨਾਨੀਆਂ ਦੇ ਫਾਰਮ ਭਰਾਈ ਲੋ ਆਈਏ ਮੈਂ ਤੁਹਾਨੂੰ ਦਹਿੱਤਾ ਵੀ ਇਹਦੀ ਕੁੱਤੇ ਖਾਣੀ ਮਤ ਕਰੋ ਪਿੰਡਿਆਣਾਂ ਨਾਲ ਪਿਛਲੇ ਸਾਲ ਜਦੋਂ ਕਰੋਨਾ ਦੇ ਟੀਕੇ ਲੱਗਣੇ ਤਾਂ ਵੀ ਤੁਸੀਂ ਇਤਲਾਹ ਨਹੀਂ ਦਿੱਤੀ ਵੀ ਟੀਕੇ ਲੱਗਾ ਦੇਣਾ ਤਾਂ ਹੁਣ ਜਿਲ੍ਹਾ ਜਨਾਨੀਆਂ ਦੇ ਫਾਰਮ ਪ੍ਰੋਵਾ ਦੇ ਤਾਂ ਵੀ ਤੂੰ ਨਹੀਂ ਦੱਸਿਆ ਤੂੰ ਸਾਡੇ ਨਾਲ ਕਹ ਕੁੱਤੇ ਖਾਣੀ ਕਰਨੀ ਲਾਈ ਹੋਗੀ